ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਜਾਫਰਕੋਟ, ਤਹਿਸੀਲ ਅਜਨਾਲਾ ਅਤੇ ਜ਼ਿਲ੍ਹਾ ਅੰਮ੍ਰਿਤਸਰ। ਜਾਫਰਕੋਟ ਅਤੇ ਪੂੰਗਾ ਦੋਵੇਂ ਜਿਹੜੇ ਪਿੰਡ ਬਿਲਕੁਲ ਨਾਲ ਨਾਲ ਹੀ ਆ, ਜਿਹੜੇ ਸਾਹਮਣੇ ਸਾਹਮਣੇ ਪੈਂਦੇ ਆ। ਇੱਕ ਪਾਸੇ ਪੂੰਗਾ ਅਤੇ ਇੱਕ ਪਾਸੇ ਜਿਹੜਾ ਜਾਫਰਕੋਟ ਆ। ਅਤੇ ਅੱਜ ਤੁਹਾਨੂੰ ਇੱਕ ਆ ਨੀਲੀ ਦੀ ਮਾਝ ਤੁਹਾਨੂੰ ਦਿਖਾਉਣੀ ਆ, ਕਾਫੀ ਖੂਬਸੂਰਤ ਆ। ਅਤੇ ਮਗਰ ਇਹਦੇ ਕੱਟੀ ਵੀ ਬੜੀ ਖੂਬਸੂਰਤ ਆ, ਨੀਲੀ ਦੀ ਜਿਹੜੀ ਪਿਓਰ ਕੱਟੀ ਆ ਇਹਦੇ ਮਗਰ, ਨੀਲੀ ਪੂਰੀ ਬਿੱਲੀਆਂ ਅੱਖਾਂ ਵਾਲੀ ਮਗਰ ਕੱਟੀ ਆ ਇਹਦੇ। ਅਤੇ ਆਪ ਵੀ ਜਿਹੜੀ ਮੱਝ ਨੀਲੀ ਦੀ ਆ, ਜਿਹੜੀ ਆਪਾਂ ਦੇਖ ਸਕਦੇ ਨੀਲੀ ਪੂਰੀ ਆ ਜਿਹੜੀ। ਅਤੇ ਚਾਰ ਗਾਵਾਂ ਵੀ ਤੁਹਾਨੂੰ ਜਿਹੜੀਆਂ ਵਾ ਸੂਈਆਂ ਸਵਾਈਆਂ ਚੰਗੇ ਦੁੱਧ ਵਾਲੀਆਂ ਤੁਹਾਨੂੰ ਦਿਖਾਉਣੀਆਂ। ਗੱਲਬਾਤ ਹੁਣ ਕਰਦੇ ਹਾਂ ਆਪਾਂ ਵੀਰ ਜੀ ਉਹਨਾਂ ਨਾਲ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਹੋਰ ਠੀਕ ਠਾਕ ਜੀ? ਵਧੀਆ ਵਧੀਆ ਵਧੀਆ, ਆਪਣੇ ਸੁਣਾਓ? ਵਧੀਆ ਵਧੀਆ, ਇੱਥੇ ਚੰਗੀ ਰੌਣਕ ਲਾਈ ਜੇ ਫਿਰ। ਠੀਕ ਹੈ, ਅੱਜ ਸਾਰੇ ਕੁੰਡੇ ਭਰੇ। ਠੀਕ ਹੈ, ਆਹ ਜਿਹੜੇ ਇਹ ਪਰਸੋਂ ਦੀ ਵੀਡੀਓ 'ਚ ਪਊਗੀ ਫਿਰ ਨਾਂ। ਅਤੇ ਨਾਂ ਦੱਸ ਦਈਏ ਕਰੀ ਆਪਣਾ। ਨਾਮ ਸ਼ਮਸ਼ੇਰ ਸਿੰਘ, ਤਹਿਸੀਲ ਅਜਨਾਲਾ, ਜ਼ਿਲ੍ਹਾ ਮੱਠ। ਤੇ ਫੋਨ ਨੰਬਰ ਹੀ ਬੋਲ ਦੋ। ਫੋਨ ਨੰਬਰ 84375975। ਠੀਕ ਹੈ, ਤੇ ਸ਼ੁਰੂਆਤ ਫਿਰ ਆ ਜਿਹੜੀ ਪਹਿਲੇ ਨੰਬਰ ਵਾਲੀ ਮਾਝ ਇਹ ਤੋਂ ਹੀ ਕਰ ਲਈਏ। ਚਲੋ ਪਹਿਲਾਂ ਫਿਰ ਗਾਵਾਂ ਦਿਖਾ ਦਈਏ, ਇਹ ਤੁਹਾਨੂੰ ਦਿਖਾਉਂਦੇ ਹਾਂ ਬਾਅਦ 'ਚੋਂ। ਮਗਰ ਇਹ ਕੱਟੀ ਦੇ ਅੱਜ ਗੱਲ 'ਚ ਹਾਰ ਪਾਇਆ ਫੀਜੀਆਂ ਉਹਨਾਂ ਨੇ ਪੈਸਿਆਂ ਵਾਲਾ। ਸ਼ੁਰੂਆਤ ਜਿਹੜੀ ਕਹਿੰਦੇ ਕਿ ਅੱਜ ਇੱਧਰੋਂ ਕਰ ਦਈਏ। ਕਿੰਨਾ ਚਿਰ ਹੋ ਗਿਆ ਵੈੜ ਸੂਈ ਨੂੰ? ਇਹਨੂੰ ਅੱਜ ਦੂਜਾ ਦਿਨ ਦੇ ਵਿੱਚ ਸੂਈ। ਠੀਕ ਆ, ਤੇ ਕਿੰਨੇ ਕੁ ਦੁੱਧ ਵਾਲੀ ਆ? ਇਹ ਦੁੱਧ ਦੇ 20-22 ਕਿਲੋ ਵਾਲੀ ਹੈ, ਇਹਦੇ ਤੇ 12 ਕਿਲੋ ਬੋਲਾ ਹੋ ਗਿਆ ਤਿਆਰ। ਤੋਰੋ ਹਾਂ ਫਿਰ ਇੱਕ ਦੀ, ਇਹ ਤਾਜ਼ੀ ਸੂਈ ਆ। ਇਹਦੇ ਮਗਰ ਆ ਬੱਚਾ ਜੀ, ਮੈਂ ਤਾਜ਼ਾ ਹੀ ਬੱਚਾ ਬਿਲਕੁਲ ਨਾਲ ਜਿਹੜਾ ਨਾਲ ਹੀ ਆ ਤਾਜ਼ਾ ਜੀ। ਤੇ ਆਪ ਚਲੋ ਵੈੜ ਚੰਗੇ ਕੱਦ ਕਾਟ 'ਚ ਆ। ਪੂਰੀ ਜਵਾਨ ਆ ਜਿਹੜੀ, ਤੇ ਸਾਂਭੀ ਸੁੰਭੀ ਵੀ ਚੰਗੀ ਆ। ਤਾਂ ਠੀਕ ਆ, ਤੇ ਇਹਦਾ ਮੁੱਲ ਫਿਰ? ਨਹੀਂ ਫਿਰ ਇੱਕ ਦਸ ਤੇ ਜ਼ਿਆਦਾ ਜੀ, ਕਰੀਏ ਵਿੱਚ ਮਾਨਤਾ ਨਾ। ਅੱਛਾ, 65,000 ਦੀ। ਅਤੇ ਥਾਣੇ ਕਰੀਏ ਤਾਂ ਦੇਖ ਸਕਦੇ ਲਾਗੇ ਤੋਂ, ਅਤੇ ਬਾਕੀ ਮਿਲਕ ਵੇਨ ਵੀ ਚੰਗੀ ਲੱਗੀ ਆ। ਅਤੇ ਹੁਣ ਆ ਗਏ ਆਪਣੇ ਕੋਲ ਦੂਸਰੇ ਨੰਬਰ 'ਤੇ, ਇਹ ਵੀ ਸੂਈ ਸਵਾਈ ਜੇ? ਥਾਣਾ ਬੜਾ ਕਮਾਲ ਦਾ ਜਿਹੜਾ ਇਹਦੇ ਕੋਲ। ਅਤੇ ਖੋਲੋ ਹਾਂ, ਤੋਰ ਦਈਏ ਫਿਰ। ਠੀਕ ਆ, ਅਜੇ ਖਾਲੀ ਕਰਤੀ ਆ ਕਿ ਨਹੀਂ? ਇਹ ਥੋੜੀਆਂ ਥੋੜੀਆਂ ਜਿਹੜੀਆਂ ਮਤਲਬ ਅਜੇ ਉਸ ਤਰ੍ਹਾਂ ਜਿਹੜੀਆਂ ਅਜੇ ਮਤਲਬ ਚਵਾਈ ਪੱਖੋਂ ਪੂਰੀਆਂ ਨਹੀਂ, ਅਜੇ ਸਾਫ਼ ਨਹੀਂ ਕੀਤੀਆਂ। ਠੀਕ, ਇਹਦੇ ਮਗਰ ਵੱਛੀ ਹੁਣ ਜਿਹੜੀ ਇਹਨਾਂ ਦੀ ਚਵਾਈ ਆ ਹੋਊਗੀ, ਹੁਣ ਖਾਲੀ ਕਰ ਦੇਣਗੇ ਪੂਰੀ। ਵੱਛੀ ਵੀ ਚੰਗੀ, ਮਗਰ ਨਾੜੂ ਜਿਹੜਾ ਨਾਲ ਹੀ ਆ। ਹੁਣ ਦੀ ਚਵਾਈ ਜੇ ਤਾਂ ਫਿਰ ਖਾਲੀ ਕਰ ਦੋਗੇ ਬਿਲਕੁਲ?
ਤੇ ਕਿੰਨੇ ਕੁ ਦੁੱਧ ਵਾਲੀ ਆ ਇਹ? ਇਹ ਦੁੱਧ ਵਿੱਚ ਵੀ 22 ਕਿਲੋ ਚੋਗਰਾਮ ਆ। ਅੱਛਾ, ਤੇ ਇਹਦਾ ਫਿਰ ਮੁੱਲ? ਇਹਦਾ ਵੀ ਮੁੱਲ ਸੱਤਾਂ ਨਾਲ ਲਈ ਜੀ। ਨਹੀਂ ਕਰੀਏ ਵਿੱਚੋਂ ਕੋ ਮਾਨਤਾ ਨਾ। ਠੀਕ ਹੈ ਜੀ, ਤਾਜ਼ੀਆਂ ਸੂਈਆਂ ਵਾ ਦੋਵੇਂ ਗਮ। ਠੀਕ ਹੈ ਜੀ, ਤੇ ਹੁਣ ਆ ਗਈ ਆਪਣੇ ਕੋਲ ਇੱਕ ਤੀਸਰੇ ਨੰਬਰ ਤੇ, ਇਹ ਵੀ ਸੂਈ ਸਵਾਈ ਜੀ? ਇਹਨੂੰ ਕਿੰਨਾ ਚਿਰ ਹੋ ਗਿਆ ਸੂਈ? 15 ਦਿਨ ਹੋ ਗਏ। ਅੱਛਾ, ਅੱਛਾ ਉਹ ਵਾਲਾ ਬੱਚਾ ਆਇਆ ਜਿਹੜਾ ਇਹਦਾ ਬੈਠਾ ਜਿਹੜਾ ਤੋਰੋ ਹੈ ਕਰੀ ਨੂੰ। ਲੈ ਤੇ ਇਹਦਾ ਫਿਰ ਮੁੱਲ 40,000 ਦੀ ਕਿ ਵਿੱਚੋਂ ਕਰਦੀ ਹੈ ਛੋਟ ਛੋਟ? ਅੱਛਾ, 35,000 ਦੀ। ਬਾਕੀ ਕੋ ਫੋਨ ਲਾਵੇ ਤੇ ਮਾਨਤਾਨ ਜਿਹੜੇ ਸਾਰੀਆਂ ਚ ਹੀ ਹੋਣਗੇ। ਠੀਕ ਆ, ਤੇ ਹੁਣ ਆ ਗਈ ਚੌਥੇ ਨੰਬਰ ਤੇ, ਇਹ ਵੀ ਸੂਈ ਸਵਾਈ ਹੈ? ਇਹਦਾ ਬੱਚਾ ਜੀ? ਠੀਕ, 15-16 ਦਿਨ ਹੋ ਗਏ ਆ ਇਹਨੂੰ। ਇਹਦੇ ਕੋਲ ਦੁੱਧ ਕਿੰਨਾ ਤਿਆਰ ਹੈ? ਤੋਰੋ ਫਿਰ ਕਰੀ ਨੂੰ। ਤੇ ਇਹਦਾ ਫਿਰ ਮੁੱਲ 60,000 ਦੇ ਦੇਣਗੇ ਵਿੱਚੋਂ ਕਰੀਏ ਕੋਈ ਛੋਟ ਛਾਟ? ਪੂਰੀ ਹੱਡਾਂ ਪੈਰਾਂ ਦੀ ਖੁੱਲੀ ਆ ਇਹ, ਚੰਗੇ ਟੀਕੇ ਦੀ ਕੱਟੀ ਆ ਮਗਰ, ਤੇ ਨਾੜੂ ਜਿਹੜਾ ਬਿਲਕੁਲ ਨਾਲ ਹੀ ਆ ਤਾਜ਼ਾ। ਕੱਟੀ ਬੜੀ ਪਿਆਰੀ ਆ ਤੇ ਆਪ ਵੀ ਚਲੋ ਮੱਝ ਵੀ ਸੋਹਣੀ ਆ। ਅੱਛਾ, ਕੁਦਰਤੀ ਥਾਂ ਹੀ ਨੀ ਨਾਲ ਲੱਗਾ, ਸ਼ੁਰੂ ਤੋਂ ਇਸ ਤਰ੍ਹਾਂ ਹੀ ਆ ਜਿਹੜਾ, ਸ਼ੁਰੂ ਹੈ ਹੀ ਨੀ ਨਾਲ, ਸਿਰਫ 3 ਹੀ ਥਾਣੇ ਆ ਇਹਦੇ। ਕੁਦਰਤੀ ਚੀਜ਼ਾਂ ਹੁੰਦੀਆਂ ਵਾ, ਸੋਹਣ ਪੁਣਾ ਇਹਦੇ 'ਚ ਪੂਰਾ ਵਾ, ਤੇ ਪਰ ਇਹ ਕੁਦਰਤੀ ਬੱਜ ਜਿਹੜਾ ਇਹਨੂੰ ਲੱਗਾ। ਹਾਂ, ਦੇਖ ਸਕਦੇ ਜੀ, ਵਾਹਨਾ ਵੀ ਬਿਲਕੁਲ ਬਰਾਬਰ ਆ, ਤੇ ਬਾਕੀ ਉਸ ਤਰ੍ਹਾਂ ਵੇਖਣ ਨੂੰ ਤੇ ਚੰਗੇ ਦੁੱਧ ਵਾਲੀ ਜਾਪਦੀ ਜੀ। 15-14 ਦਿਨ ਹੋਏ ਆ ਤੋਰੋ ਹਾਂ ਫਿਰ ਇੱਕ ਵਾਰੀ।
ਬਾਕੀ ਪੂਰੀ ਭਾਰੀ ਆ ਜਿਹੜੀ, ਪੂਰੀ ਨਿੱਕਰ ਮੱਝ ਆ ਤੇ ਸਾਂਭੀ ਵੀ ਕਿਸੇ ਨੇ, ਚਲੋ ਚੰਗੀ ਆ। ਥਣ ਨਹੀਂ ਇਹਦਾ, ਕੁਦਰਤੀ ਨਹੀਂ ਹੈਗਾ, ਪਹਿਲਾਂ ਸ਼ੁਰੂ ਤੋਂ ਹੀ ਨਹੀਂ ਹੈਗਾ ਥਣ, ਇਹ ਕਦੇ ਹੁੰਦਾ ਨਾ, ਚਲੋ ਤਿੱਲੜ ਹੋ ਗਈ ਆ। ਚੌਦਾਂ ਪੰਦਰਾਂ ਦੇ ਲਾਗੇ ਦੁੱਧ ਜਿਹੜਾ ਕਹਿੰਦੇ ਕਿ ਚਵਾ ਦੋਗੇ ਤਿੰਨਾਂ ਥਾਣਾਂ 'ਚ, ਘਰਾਂ ਮਰਾ ਦੀਏ ਦੀਆਂ ਚੈੱਕ ਕਰਾ ਦੀਏ, ਦਿਖਾ ਦਿਓ। ਆਹ ਜਿਹੜਾ ਬੱਚਾ ਕੱਟੀ ਛੱਡਤੀ ਆ ਜਿਹੜੀ, ਆਹ ਪਸੰਗੀ ਜਿਹੜਾ ਬੱਚਾ ਬੰਨਤਾ ਸਾਈਡ 'ਤੇ, ਠੀਕ ਆ ਜੀ। ਬੋਲਾ ਜੀ ਆਈ ਹੈ ਇੱਕ ਸਾਹ ਦਾ, ਆਪਾਂ ਦੇਖ ਸਕਦੇ ਹਾਂ ਖੱਟਾ ਬੋਲਾ ਜੀ। ਇਹਦੇ ਦੁੱਧ ਜਿਹੜਾ ਇਹਨੇ ਵਧਣਾ ਵਾ, ਇਹਦਾ ਮੁੱਲ ਫਿਰ ਉਹ ਤੇ ਚਲੋ ਥਣ ਪੂਰੇ ਹੁੰਦੇ ਫਿਰ ਤੇ ਚਲੋ ਵੱਧ ਵੀ ਹੋ ਜਾਣੀ, 80 ਜੋ ਕਰੀਏ ਕਮਾਨ ਥਣ। ਇੱਕੋ ਗੱਲ ਕਰ ਦਈਏ ਫਿਰ 70 ਦੀ ਦੇ ਦਈਏ, ਅੱਛਾ ਹੋਰ ਕਰ ਦੋ, ਠੀਕ ਆ। ਹਾਂਜੀ ਹਾਂਜੀ, ਤੇ ਬਾਕੀ ਇਹ ਆ ਵੀ ਕੋਈ ਵੀਰ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ, ਤੇ ਆਪਣੀ ਚਵਾਈ ਕਰਕੇ, ਆਪਣੀ ਪਾਸ ਕਰਕੇ, ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੇ ਜੀ। ਜੋ ਵੀ ਕੁਛ ਆ ਸਾਰਾ ਕੁਛ ਤੁਹਾਡੇ ਸਾਹਮਣੇ ਹੀ ਆ, ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਚਵਾਈ ਕਰਕੇ ਤਸੱਲੀ ਕਰਕੇ ਖੜਿਆ ਕਰੋ, ਪੈਸੇ ਤੁਸੀਂ ਖਰਚਣੇ।